जलंधर में सिलेंडरों की दुकान में लगी आग, मची भगदड़। जी हां, जलंधर के सोडल इलाके के पास पड़ते काली माता मंदिर के पास उस समय अफरा तफरी का माहौल हो गया जब वहां पर एक सिलेंडर की दुकान में आग लग गई। आग सिलेंडरों को लगी थी जिसके चलते वहां पर धमाके होने शुरू हो गए और एक सिलेंडर में ब्लास्ट हुआ और वह दुकान के बाहर जा गिरा, जिसके बाद मोहल्ला निवासियों ने इसकी सूचना पुलिस को दी और दमकल विभाग को भी दी। लोगों का आरोप है कि ये दुकान गैरकानूनी है और दुकानदार आग लगने के बाद वहां से भाग गया। उन्होंने प्रशासन से मांग की कि भीड़ भाड़ वाले इलाकों में इस तरह की दुकानों को बंद कराया जाए। हाँ जी भाजी, अतला मिली थी भी जो माइक सिनेमे के सामने गली दे विच अग लगी आ, साडे आउण तों पहला फायर ब्रिगेड आई थी, अग बुझा बुझ चुकी आ, दुकान दे विच अग लगी आ, सिलेंडरां दी दुकान आ, गैस चुल्हे वगैरा वह बेचता है, बेचने के सड़े हुए पता लगता है। इतने मौके से कोई भी बंदा हले ये गल दसण नूं तैयार नहीं भी अग किदां लगी आ, किहदी दुकान आ, की नहीं है। हाले तक तो प्रेस के सामने भी यही कुछ हो रहा, प्रेस भी पुछण डई आ, तां वी नहीं कोई बंदा दसदा कि किदां हुई है किदां नहीं हुई। ਤੁਹਾਡੇ ਵੀ ਸਾਰੇ ਸਭ ਕੁਝ ਸਾਹਮਣੇ ਆ, ਤਸਦੀਕ ਕਰ ਰਹੇ ਆ, ਹਲੇ ਦੇਖਦੇ ਆ ਜੋ ਕੋਈ ਬਿਆਨ ਲਿਖਾਇਆ। ਸਰ ਕਿੰਨੇ ਸਿਲੰਡਰ ਫਟੇ ਹੈਗੇ, ਕਿੰਨੇ ਤੁਸੀਂ ਦੇਖੇ? ਇੱਕ ਸਿਲੰਡਰ ਫਟਿਆ ਆ, ਇੱਕ ਉਦਾਂ ਨਾਲ ਪਿਆ ਆ। ਠੀਕ ਆ। ਫਾਇਰ ਕਾਲ ਆਈ ਕਾਲੀ ਮਾਤਾ ਮੰਦਿਰ ਦੇ ਕੋਲ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਆ। ਮੌਕੇ ਤੇ ਟੀਮ ਭੇਜੀ ਆ, ਉਹਨੇ ਦੇਖਿਆ ਵੀ ਅੰਦਰ ਅੱਗ ਬਹੁਤ ਜ਼ਿਆਦਾ ਸੀਗੀ, ਸਿਲੰਡਰ ਫਟ ਰਹੇ ਸੀਗੇ ਵਿੱਚੋਂ, ਜਦੋਂ ਅੱਗ ਬੁਝਾ ਰਹੇ ਸੀ ਇੱਕ ਸਿਲੰਡਰ ਬਾਹਰ ਫਟ ਕੇ ਆਇਆ, ਬਾਕੀ ਦੇਖੋ ਤੁਸੀਂ 4-5 ਸਿਲੰਡਰ ਫਟੇ ਹੋਏ ਅੰਦਰ। ਮਾਲਕ ਤਾਂ ਦੌੜ ਗਿਆ ਐਟ ਦੀ ਸਪੋਰਟ ਹੀ। ਮੈਂ ਸਰਕਾਰ ਨੂੰ ਇਹ ਕਹਿੰਦਾ ਵੀ ਇੱਦਾਂ ਦੇ ਜਿਹੜੇ ਦੁਕਾਨਾਂ 'ਚ 2 ਨੰਬਰ ਦਾ ਕੰਮ ਕਰਦੇ ਆ ਇਹਨਾਂ ਦਾ ਨੱਥ ਪਾਈ ਜਾਵੇ, ਕੱਲ੍ਹ ਨੂੰ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਹ ਰਿਹਾਇਸ਼ੀ ਏਰੀਏ ਦੇ ਵਿੱਚ ਦੇਖੋ ਗੈਰ ਕਾਨੂੰਨੀ ਕੰਮ ਕਰ ਰਿਹਾ, ਇੱਦਾਂ ਦੇ ਬੰਦਿਆਂ 'ਤੇ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ। ਜਿਹੜੇ ਗੈਸ ਸਿਲੰਡਰ 'ਚੋਂ ਗੈਸ ਚੋਰੀ ਕਰਦੇ ਜਾਂ ਘੱਟ ਵੱਧ ਭਰ ਕੇ ਦਿੰਦੇ ਆ, ਇਹਨਾਂ ਦੇ ਨਕੇਲ ਪਾਈ ਜਾਵੇ। ਇਹ ਹੁਣ ਐਟ ਏ ਟਾਈਮ ਮੌਕੇ 'ਤੇ ਹੀ ਸਾਹਮਣੇ, ਨਹੀਂ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ। ਸਰ ਕਿੰਨੀਆਂ ਗੱਡੀਆਂ ਲੱਗੀਆਂ? ਗੱਡੀਆਂ 2 ਲੱਗੀਆਂ। ਮਾਲਕ ਦੌੜ ਹੀ ਗਿਆ ਸੀ, ਮਾਲਕ ਤਾਂ ਸਾਨੂੰ ਮਿਲਿਆ ਹੀ ਨਹੀਂ ਇਸ ਮੌਕੇ ਤੇ। ਅੰਦਰ ਦੇਖੋ ਜੀ, 5 ਸਿਲੰਡਰ ਕੱਢੇ ਅਸੀਂ, ਤੁਹਾਡੇ ਸਾਹਮਣੇ ਫਟੇ ਹੋਏ ਸਿਲੰਡਰ ਆ ਮੌਕੇ ਦੇ ਸਾਹਮਣੇ। ਹੁਣ ਮੌਕੇ ਤੇ ਆ ਗਏ, ਜੇ ਨਾ ਆਉਂਦੇ ਤੇ ਜ਼ਿਆਦਾ ਨੁਕਸਾਨ ਹੋ ਸਕਦਾ, ਗੱਡੀਆਂ ਨੂੰ ਅੱਗ ਲੱਗ ਸਕਦੀ ਸੀ। ਆ ਗਏ ਘਰ 'ਚ, ਕਿਉਂਕਿ ਗੈਸ ਜਦੋਂ ਇਹ ਬਲਾਸਟ ਹੋਣਾ ਇਹ ਘਰਾਂ 'ਚ ਅੱਗ ਵੜ ਜਾਣੀ, ਜਿੱਧਰ ਨੂੰ ਹਵਾ ਜਾਣੀ ਅੱਗ ਉੱਧਰ ਚੱਲ ਜਾਣੀ। ਸਰ ਟੋਟਲ ਸਿਲੰਡਰ ਕਿੰਨੇ ਕੱਢੇ ਗਏ ਅੰਦਰੋਂ? ਸਿਲੰਡਰ 4 ਕੱਢੇ। ਸਰ ਆਪਣਾ ਸ਼ੁਭ ਨਾਮ? ਰਜਿੰਦਰ ਕੁਮਾਰ ਸੋਤਾ। ਬਿਊਰੋ ਫਿਰ ਅਚਾਨਕ ਨਿਊਜ਼ ਜਲੰਧਰ।